ਕੀ ਹੈ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਏ ਜਾਣ ਦਾ ਇਤਿਹਾਸ ਕਿਲੇ ਨੂੰ ਘੇਰਾ ਪਿਆ ਸੀ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਇਸ ਘੇਰੇ ਦੀ ਵਜ੍ਹਾ ਕੀ ਸੀ ਕੀ ਸਨ ਕਿਲੇ ਦੇ ਅੰਦਰ ਦੇ ਇਤਿਹਾਸ ਕਿਲੇ ਨੂੰ ਖਾਲੀ ਕਰਵਾਉਣ ਵਾਸਤੇ ਕੀ ਹਥਕੰਡੇ ਅਪਣਾਏ ਗਏ ਸਨ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਸੌਂ ਖਾਣ ਤੋਂ ਬਾਅਦ ਕੀ ਹੁੰਦਾ ਹੈ ਆਖਰ ਕਿਉਂ ਗੁਰੂ ਸਾਹਿਬ ਕਿਲੇ ਨੂੰ ਖਾਲੀ ਕਰ ਦਿੰਦੇ ਹਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਆ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਕਿਲ੍ਹਾ ਕਿਉਂ ਛੱਡਿਆ ਇਹ ਤਾਂ ਆਪਾਂ ਨੂੰ ਪਤਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਛੱਡਿਆ ਮਗਰ ਕਿਉਂ ਛੱਡਿਆ ਕੀ ਰੀਜ਼ਨ ਸੀ ਉਹਦੇ ਪਿੱਛੇ ਉਹ ਆਪਾਂ ਨੂੰ ਇਸ ਵੀਡੀਓ ਦੇ ਵਿੱਚ ਪਤਾ ਚੱਲ ਸਕੂਗਾ ਅਤੇ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਓ ਜਿਹੜੇ ਫੇਸਬੁੱਕ 'ਤੇ ਦੇਖ ਰਹੇ ਨੇ ਉਹ ਪੇਜ ਨੂੰ ਫੋਲੋ ਕਰ ਲਿਓ ਅਤੇ ਜਿਹੜੇ ਯੂਟਿਊਬ 'ਤੇ ਦੇਖ ਰਹੇ ਜਿਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬਾਕੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵਾਚ ਕਰਿਓ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਜੇ ਨਹੀਂ ਪਤਾ ਅਤੇ ਜਿਹੜੇ ਬਾਈਆਂ ਨੂੰ ਪਤਾ ਵਾ ਉਹ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੇ ਤੁਹਾਨੂੰ ਲੱਗੇ ਕਿ ਇਸ ਵੀਡੀਓ ਦੇ ਵਿੱਚ ਆਹ ਗੱਲ ਨਹੀਂ ਦੱਸੀ ਗਈ ਅਤੇ ਬਾਕੀ ਗੱਲ ਆਪਾਂ ਵਾਚ ਕਰਾਂਗੇ ਪਲੇ ਦੇਖਾਂਗੇ ਵੀਡੀਓ ਪੰਜਾਬੀ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸ਼ਹੀਦੀ ਹਫ਼ਤਾ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਸ਼ਹੀਦੀ ਹਫ਼ਤੇ ਵਿੱਚ ਕੀ ਕੁਝ ਆ ਇਹ ਕਿਸੇ ਤੋਂ ਵੀ ਨਹੀਂ ਲੁਕਿਆ ਕਿਵੇਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ ਕਿਵੇਂ ਸਰਸਾ ਦੀ ਨਦੀ ਉੱਤੇ ਜੰਗ ਹੋਇਆ ਪਰਿਵਾਰ ਦਾ ਵਿਛੋੜਾ ਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇਹ ਸਭ ਬਾਰੇ ਸਾਨੂੰ ਮੋਟੀ ਮੋਟੀ ਜਾਣਕਾਰੀ ਤਾਂ ਹੈ ਅਤੇ ਅੱਜ ਦੀ ਆਪਣੀ ਵਿੱਚ ਅਸੀਂ ਗੱਲ ਕਰਾਂਗੇ ਸ਼ਹੀਦੀ ਹਫ਼ਤੇ ਦੀ ਉਹ ਸੂਖਮ ਜਾਣਕਾਰੀ ਦੀ ਜੋ ਅਕਸਰ ਸਾਡੇ ਅੱਖੋਂ ਪਰੋਖੇ ਰਹਿ ਜਾਂਦੀ ਹੈ ਇਸ ਵੀਡੀਓ 'ਚ ਅਤੇ ਆਉਣ ਵਾਲੀਆਂ ਅਗਲੀਆਂ ਵੀਡੀਓ 'ਚ ਵੀ ਅਸੀਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਹੀ ਸਾਰੀਆਂ ਵੀਡੀਓ ਬਣਾਵਾਂਗੇ ਸੋ ਬੇਨਤੀ ਹੈ ਜੀ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਅਗਲੀਆਂ ਵੀਡੀਓ ਵੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਸਭ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਸ਼ੁਰੂਆਤ ਤਾਂ ਹੁੰਦੀ ਹੈ ਕਿ ਜਦੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪੈ ਜਾਂਦਾ ਹੁਣ ਕਿਲ੍ਹੇ ਨੂੰ ਘੇਰਾ ਪੈ ਜਾਂਦਾ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਇਸ ਦੀ ਵਜ੍ਹਾ ਕੀ ਸੀ ਆਪਾਂ ਪਹਿਲਾਂ ਉਹਦੀ ਗੱਲ ਕਰਦੇ ਹਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਇੱਕ ਸ਼ਰਧਾਲੂ ਰਾਜੇ ਕੋਲੋਂ ਇਹ ਜਗ੍ਹਾ ਮੁੱਲ ਖਰੀਦ ਕੇ ਇੱਥੇ ਇੱਕ ਨਗਰ ਵਸਾਇਆ ਸੀ ਉਸ ਸਮੇਂ ਜੋ ਮੌਜੂਦਾ ਬਾਦਸ਼ਾਹ ਸੀ ਔਰੰਗਜ਼ੇਬ ਉਹ ਆਪਣੇ ਨੇੜੇ ਤੇੜੇ ਦੇ ਸਾਰੇ ਇਲਾਕਿਆਂ ਉੱਤੇ ਆਪਣਾ ਅਧਿਕਾਰ ਸਮਝਦਾ ਸੀ ਇੱਥੋਂ ਤੱਕ ਕਿ 22 ਰਿਆਸਤਾਂ ਨੂੰ ਵੀ ਉਹ ਆਪਣੇ ਅਧੀਨ ਮੰਨਦਾ ਸੀ ਇਹਨਾਂ 22 ਰਿਆਸਤਾਂ ਦੇ ਰਾਜਿਆਂ ਨੇ ਵੀ ਔਰੰਗਜ਼ੇਬ ਦੀ ਅਧੀਨਤਾ ਨੂੰ ਕਬੂਲ ਕਰ ਲਿਆ ਸੀ ਪਰ ਇੱਧਰ ਜਦੋਂ ਅਨੰਦਪੁਰ ਸਾਹਿਬ ਵਿਖੇ ਹਰ ਰੋਜ਼ ਰਣਜੀਤ ਨਗਾਰਾ ਵੱਜਦਾ ਇੱਕ ਨਿਸ਼ਾਨ ਸਾਹਿਬ ਝੂਲਦਾ ਤਾਂ ਇਹਨਾਂ 22 ਰਾਜਿਆਂ ਦੇ ਦਿਲਾਂ ਵਿੱਚ ਹੌਲ ਪੈਂਦੇ ਸਨ ਕਿਉਂਕਿ ਆਪਣਾ ਵੱਖਰਾ ਨਿਸ਼ਾਨ ਸਾਹਿਬ ਚਲਾਉਣਾ ਅਤੇ ਨਗਾਰਾ ਵਜਾਉਣਾ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਉਦਾਹਰਣ ਦੇ ਤੌਰ 'ਤੇ ਔਰੰਗਜ਼ੇਬ ਦਾ ਆਪਣਾ ਪੁੱਤਰ ਬਹਾਦਰ ਸ਼ਾਹ ਜ਼ਫਰ ਜਦੋਂ ਕਾਬਲ ਦਾ ਗਵਰਨਰ ਬਣਦਾ ਤਾਂ ਖੁਸ਼ੀ ਵਿੱਚ ਨਗਾਰੇ ਵਜਾਉਂਦਾ ਹੈ ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਨਾਰਾਜ਼ਗੀ ਵਿੱਚ ਆਪਣੇ ਪੁੱਤਰ ਨੂੰ ਇੱਕ ਚਿੱਠੀ ਲਿਖਦਾ ਕਿ ਜੇਕਰ ਤੈਨੂੰ ਇੰਨਾ ਹੀ ਚਾਅ ਚੜਿਆ ਹੈ ਨਾ ਤਾਂ ਤੂੰ ਜਿੰਨੇ ਮਰਜ਼ੀ ਢੋਲ ਢਮੱਕੇ ਕਰ ਲਾ ਪਰ ਨਗਾੜਾ ਨਹੀਂ ਵਜਾਉਣਾ ਪਰ ਇੱਧਰ ਅਨੰਦਪੁਰ ਸਾਹਿਬ ਵਿੱਚ ਨਗਾੜਾ ਇੱਕ ਵਾਰ ਨਹੀਂ ਸਗੋਂ ਰਣਜੀਤ ਨਗਾਰਾ ਦਿਨ ਵਿੱਚ 2 ਵਾਰ ਵੱਜਦਾ ਸੀ ਇਸ ਤੋਂ ਇਲਾਵਾ ਔਰੰਗਜ਼ੇਬ ਨੇ ਹੋਰ ਵੀ ਬਹੁਤ ਸਾਰੇ ਹੁਕਮ ਕੀਤੇ ਸਨ ਜਿਵੇਂ ਕਿ ਕੋਈ ਵੀ ਕੇਸ ਨਹੀਂ ਰੱਖ ਸਕਦਾ ਕੋਈ ਵੀ ਸ਼ਸਤਰ ਧਾਰਨ ਨਹੀਂ ਕਰ ਸਕਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਕੋਈ ਸ਼ਾਹੀ ਲਿਬਾਸ ਨਹੀਂ ਪਹਿਨ ਸਕਦਾ ਇਹੋ ਜਿਹੇ ਉਹਨੇ ਕੁਝ ਹੁਕਮ ਜਾਰੀ ਕੀਤੇ ਹੋਏ ਸਨ ਪਰ ਇੱਧਰ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਦੇ ਕੇਸ ਵੀ ਰਖਾਏ ਉਹਨਾਂ ਦੇ ਦਸਤਾਰਾਂ ਸਜਵਾਈਆਂ ਉਹਨਾਂ ਨੂੰ ਸ਼ਸਤਰ ਧਾਰਨ ਕਰਕੇ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਅਤੇ ਗੁਰੂ ਸਾਹਿਬ ਆਪ ਵੀ ਸ਼ਾਹੀ ਲਿਬਾਸ ਪਹਿਨਿਆ ਕਰਦੇ ਸਨ ਗੁਰੂ ਸਾਹਿਬ ਦਾ ਇਹ ਆਜ਼ਾਦ ਰਾਜ ਵਾਲਾ ਸੰਕਲਪ ਪਹਾੜੀ ਰਾਜਾਂ ਨੂੰ ਹਜ਼ਮ ਨਹੀਂ ਸੀ ਹੋ ਰਿਹਾ ਇਸ ਲਈ ਉਹਨਾਂ ਨੇ ਸੋਚਿਆ ਕਿ ਇਹਨਾਂ ਨਾਲ ਨਿਪਟਿਆ ਜਾਵੇ ਪਰ ਇੱਕ ਦੋ ਝੜਪਾਂ ਹੋ ਜਾਣ ਤੋਂ ਬਾਅਦ ਉਹ ਸਮਝ ਗਏ ਸਨ ਕਿ ਸਿੰਘਾਂ ਨਾਲ ਸਿੱਧੀ ਟੱਕਰ ਲੈਣਾ ਸਾਡੇ ਵੱਸ ਦੀ ਗੱਲ ਨਹੀਂ ਇਸ ਤੋਂ ਬਾਅਦ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਪਹਾੜੀ ਰਾਜਾਂ ਨੇ ਸ਼ਿਕਾਇਤਾਂ ਭਰੀਆਂ ਚਿੱਠੀਆਂ ਲੈ ਕੇ ਔਰੰਗਜ਼ੇਬ ਨੂੰ ਪੂਰੀ ਤਰ੍ਹਾਂ ਉਕਸਾਇਆ ਔਰੰਗਜ਼ੇਬ ਅਜੇ ਦੱਖਣ ਤੋਂ ਵਿਹਲਾ ਹੋ ਕੇ ਹੀ ਵਾਪਸ ਆਇਆ ਸੀ ਉਹ ਪਿਛਲੇ 8 ਸਾਲ ਤੋਂ ਦੱਖਣ ਦੇ ਵਿੱਚ ਜੰਗਾਂ ਯੁੱਧਾਂ ਵਿੱਚ ਹੀ ਲੱਗਾ ਆਇਆ ਸੀ ਉਸ ਨੂੰ ਜਦੋਂ ਪਹਾੜੀ ਰਾਜੇ ਦੀਆਂ ਇਹ ਸ਼ਿਕਾਇਤਾਂ ਭਰੀਆਂ ਚਿੱਠੀਆਂ ਮਿਲਦੀਆਂ ਤਾਂ ਬਹੁਤ ਹੈਰਾਨ ਹੁੰਦਾ ਕਿ ਇਹ ਉਸੇ ਤੇਗ ਬਹਾਦਰ ਦਾ ਪੁੱਤਰ ਹੈ ਜਿਹਨੂੰ ਮੈਂ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਸੀ ਅਤੇ ਇਹ ਫਿਰ ਬਗਾਵਤ ਕਰ ਰਿਹਾ ਮੇਰੇ ਖਿਲਾਫ਼ ਹੁਣ ਅੱਗੇ ਜੋ ਮੈਂ ਕਹਿਣ ਜਾ ਰਿਹਾ ਇਹ ਔਰੰਗਜ਼ੇਬ ਦੀ ਸ਼ਬਦਾਵਲੀ ਆ ਔਰੰਗਜ਼ੇਬ ਕਹਿੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਤੇਗ ਬਹਾਦਰ ਦੇ ਪੁੱਤਰ ਕੋਲ ਇਹੋ ਜਿਹੀ ਕਿਹੜੀ ਚੀਜ਼ ਆ ਕਿ ਉਹ ਚੂੜੇ ਚਮਿਆਰ ਛਿੰਬੇ ਨਾਈ ਮੋਚੀ ਕਿਸਾਨ ਮੱਥੇ 'ਤੇ ਬਬੂਤ ਮਲ ਕੇ ਰੱਖਣ ਵਾਲੇ ਮਹੰਤ ਇਹਨਾਂ ਸਾਰਿਆਂ ਦੀ ਭੀੜ ਇਕੱਠੀ ਕਰੀ ਫਿਰਦਾ ਅਤੇ ਇਹਨਾਂ ਪਹਾੜੀ ਰਾਜੇ ਦੇ ਹੱਥ ਨਹੀਂ ਆਉਣ ਡਿਆ ਉਹ ਪਹਾੜੀ ਰਾਜੇ ਜਿਨ੍ਹਾਂ ਦੇ ਕੋਲ ਫੌਜ ਆ ਜਿਨ੍ਹਾਂ ਦੇ ਕੋਲ ਜੰਗੀ ਸਾਜੋ ਸਮਾਨ ਆ ਜਿਨ੍ਹਾਂ ਦੇ ਕੋਲ ਤਾਕਤਵਰ ਹਾਥੀ ਨੇ ਉਹ ਪਹਾੜੀ ਰਾਜੇ ਅਖੀਰ ਇਸ ਆਜ਼ਾਦ ਰਾਜ ਨੂੰ ਦਬਾਉਣ ਵਾਸਤੇ ਔਰੰਗਜ਼ੇਬ ਆਪਣੇ ਇੱਕ ਤੋਂ ਇੱਕ ਬਹਾਦਰ ਜਰਨੈਲਾਂ ਵਿੱਚੋਂ ਸਭ ਤੋਂ ਬਹਾਦਰ ਸੈਨ ਖਾਨ ਨੂੰ ਚੁਣਦਾ ਹੁਣ ਸੈਨ ਖਾਨ ਬਹਾਦਰ ਹੋਣ ਦੇ ਨਾਲ ਨਾਲ ਨਾ ਦਿਮਾਗ ਦਾ ਬਹੁਤ ਤੇਜ਼ ਚਲਾਕ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਜ਼ਾਲਮ ਵੀ ਬਹੁਤ ਆ ਆਪਣੇ ਦੁਸ਼ਮਣਾਂ ਨੂੰ ਤਾਂ ਉਹ ਗਾਜਰ ਮੂਲੀ ਵਾਂਗੂ ਵੱਢਦਾ ਅਤੇ ਤਰਸ ਕੀ ਚੀਜ਼ ਹੁੰਦੀ ਆ ਉਹਨੂੰ ਪਤਾ ਹੀ ਨਹੀਂ ਪਰ ਸੈਨ ਖਾਨ ਨੂੰ ਚੁਣੇ ਜਾਣ ਦੀ ਵਜ੍ਹਾ ਸਿਰਫ ਇਹੀ ਨਹੀਂ ਕਿ ਉਹ ਬਹਾਦਰ ਆ ਜ਼ੁਲਮੀ ਆ ਤੇਜ਼ ਦਿਮਾਗ ਵਾਲਾ ਵਾ ਸਗੋਂ ਇਸ ਤੋਂ ਵੀ ਵੱਡੀ ਵਜ੍ਹਾ ਇਹ ਸੀ ਕਿ ਉਹ ਪੀਰ ਬੁੱਧੂ ਸ਼ਾਹ ਦੀ ਪਤਨੀ ਬੀਬੀ
ਅਤੇ ਔਰੰਗਜ਼ੇਬ ਦੇ ਦਿਮਾਗ ਵਿੱਚ ਇਹੀ ਸੀ ਕਿ ਪੀਰ ਬੁੱਧੂ ਸ਼ਾਹ ਜੀ ਕਦੀ ਵੀ ਆਪਣੇ ਸਾਲੇ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਨਹੀਂ ਦੇਣਗੇ। ਲਾਹੌਰ ਤੋਂ ਅਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਸੈਨ ਖਾਨ ਸਧਾਰੇ ਜਾ ਕੇ ਆਪਣੀ ਭੈਣ ਬੀਬੀ ਨਸੀਰ ਖਾਨ ਨੂੰ ਮਿਲਦਾ ਅਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਜਿਸ ਕਾਫਰ ਦੀ ਬਾਣੀ ਤੂੰ ਦਿਨ ਰਾਤ ਪੜ੍ਹਦੀ ਰਹਿੰਦੀ ਆ ਨਾ, ਦੇਖੀ ਕੁਝ ਦਿਨਾਂ ਤੱਕ ਉਹਦਾ ਸਿਰ ਮੇਰੇ ਨੇਜੇ 'ਤੇ ਹੋਊਗਾ। ਬੀਬੀ ਨਸੀਰ ਖਾਨ ਨੂੰ ਸਮਝਾਉਂਦੀ ਆ ਕਿ ਤੂੰ ਗੁਰੂ ਸਾਹਿਬ ਨਾਲ ਪੰਗਾ ਨਾ ਲੈ, ਉਹਨਾਂ ਨਾਲ ਯੁੱਧ ਨਾ ਕਰ, ਪਰ ਸੈਨ ਖਾਂ ਹੰਕਾਰ ਦਾ ਮਾਰਿਆ ਉਹਨਾਂ ਦੀ ਗੱਲ ਨਹੀਂ ਸੁਣਦਾ ਅਤੇ ਉਸ ਤੋਂ ਬਾਅਦ ਅੱਗੇ ਅਨੰਦਪੁਰ ਸਾਹਿਬ ਜਾਣ ਵਾਸਤੇ ਕੂਚ ਕਰਦਾ ਆ। ਪਿੱਛੇ ਬੀਬੀ ਨਸੀਰ ਖਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਉਹ ਮਨ ਹੀ ਮਨ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹੈ ਕਿ ਹੇ ਪਾਤਸ਼ਾਹ, ਮੇਰਾ ਇੱਕ ਹੱਥ ਮੇਰੀ ਮਮਤਾ ਨੇ ਮੇਰੇ ਮੂੰਹ ਨੇ ਫੜਿਆ ਹੋਇਆ ਹੈ, ਇਸ ਲਈ ਮੈਂ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਇਸ ਦਾ ਕਤਲ ਕਰੋ ਅਤੇ ਇਸ ਮੂਰਖ ਦੇ ਵਿੱਚ ਵੀ ਨਹੀਂ ਸਮਰੱਥਾ ਨਹੀਂ ਕਿ ਤੁਹਾਡਾ ਵਾਲ ਵਿੰਗਾ ਕਰ ਸਕੇ। ਆਪ ਜੀ ਕਿਰਪਾ ਕਰੋ, ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਇਸ ਨੂੰ ਮਾਰਿਓ ਨਾ, ਸਗੋਂ ਇਸ ਨੂੰ ਸਮੱਤ ਬਖਸ਼ੋ, ਇਸ ਨੂੰ ਸਿੱਧੇ ਰਾਹ ਪਾ ਦਿਓ, ਇਸ ਦੀ ਜੂਨ ਬਦਲ ਦਿਓ। ਇੱਧਰ ਸੈਨ ਖਾਨ ਬਹੁਤ ਵੱਡੀ ਸੈਨਾ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਜਾਂਦਾ ਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਕੁੱਲ 14 ਜੰਗਾਂ ਲੜੀਆਂ ਸਨ, ਜਿਨ੍ਹਾਂ ਵਿੱਚੋਂ ਭੰਗਾਣੀ ਦੀ ਜੰਗ, ਨਦੌਣ ਦੀ ਜੰਗ, ਹੁਸੈਣੀ ਦੀ ਜੰਗ, ਅਨੰਦਪੁਰ ਸਾਹਿਬ ਦੀਆਂ 6 ਜੰਗਾਂ, ਨਿਰਮੋਹਗੜ੍ਹ ਦੀ ਜੰਗ, ਵਸਾਲੀ ਦੀ ਜੰਗ, ਸਰਸਾ ਦੇ ਕੰਢੇ ਦੀ ਜੰਗ, ਚਮਕੌਰ ਦੀ ਜੰਗ ਅਤੇ ਅਖੀਰੀ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ। ਇਹਨਾਂ ਸਾਰੀਆਂ ਜੰਗਾਂ ਵਿੱਚੋਂ ਗੁਰੂ ਸਾਹਿਬ ਇੱਕ ਵੀ ਜੰਗ ਨਹੀਂ ਸਨ ਹਾਰੇ। ਹੁਣ ਇਹ ਜੰਗ ਜਿਹੜੀ ਸੈਨ ਖਾਨ ਨਾਲ ਹੋਣ ਜਾ ਰਹੀ ਸੀ, ਇਹ ਗੁਰੂ ਸਾਹਿਬ ਦੇ ਜੀਵਨ ਦੀ ਚੌਥੀ ਅਤੇ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਸੀ। ਇਹ ਜੰਗ 2 ਦਿਨ ਤੱਕ ਚੱਲਦੀ ਰਹੀ ਪਰ ਕੋਈ ਵੀ ਨਤੀਜਾ ਨਾ ਨਿਕਲਿਆ। ਇਸ ਤੋਂ ਬਾਅਦ 3 ਦਿਨ ਸੈਨ ਖਾਂ ਗੁਰੂ ਸਾਹਿਬ ਨੂੰ ਇੱਕ ਸੁਨੇਹਾ ਭੇਜਦਾ। ਹੁਣ ਅੱਗੇ ਬੋਲਣ ਤੋਂ ਪਹਿਲਾਂ ਮੈਂ ਸੰਗਤ ਕੋਲੋਂ ਅਤੇ ਗੁਰੂ ਸਾਹਿਬ ਕੋਲੋਂ ਸਭ ਤੋਂ ਪਹਿਲਾਂ ਮਾਫ਼ੀ ਮੰਗ ਲੈਣਾ ਚਾਹੁੰਦਾ ਕਿ ਮੈਂ ਗੁਰੂ ਸਾਹਿਬ ਵਾਸਤੇ ਤੂੰ ਸ਼ਬਦ ਦੀ ਵਰਤੋਂ ਕਰ ਰਿਹਾ, ਕਿਉਂਕਿ ਆਪ ਜੀ ਨੂੰ ਇਤਿਹਾਸ ਦੱਸਣ ਵਾਸਤੇ ਮੈਨੂੰ ਸੈਨ ਖਾਂ ਵਜੋਂ ਬੋਲਣਾ ਪਵੇਗਾ, ਇਸ ਲਈ ਮਾਫ਼ ਕਰਨ ਦੀ ਕਿਰਪਾਲਤਾ ਕਰਨੀ ਜੀ। ਸੈਨ ਖਾਨ ਕਹਿੰਦਾ ਹੈ ਕਿ ਗੋਬਿੰਦ, ਮੈਂ ਸੁਣਿਆ ਹੈ ਤੂੰ ਬੜਾ ਬਹਾਦਰ ਯੋਧਾ ਹੈ ਅਤੇ ਮੇਰਾ ਨਿਸ਼ਾਨਾ ਵੀ ਤੂੰ ਹੀ ਹੈ, ਫਿਰ ਆਪਾਂ ਇਹਨਾਂ ਬਗਾਨੇ ਪੁੱਤਾਂ ਨੂੰ ਕਿਉਂ ਮਰਵਾਉਣਾ, ਤੂੰ ਆ ਜਾ, ਆਪਾਂ ਆਹਮੋ ਸਾਹਮਣੇ ਹੋ ਕੇ ਦੋਵੇਂ ਨਿਬੜ ਲੈਂਦੇ ਹਾਂ। ਸੈਨ ਖਾਨ ਦੇ ਸੱਦੇ ਤੋਂ ਬਾਅਦ ਗੁਰੂ ਸਾਹਿਬ ਨੀਲੇ 'ਤੇ ਸਵਾਰ ਹੋ ਕੇ ਜੰਗ ਦੇ ਮੈਦਾਨ 'ਚ ਆਉਂਦੇ ਹਨ। ਸੈਨ ਖਾਨ ਵੀ ਘੋੜਾ ਦੜਾ ਕੇ ਗੁਰੂ ਸਾਹਿਬ 'ਤੇ ਵਾਰ ਕਰਨ ਵਾਸਤੇ ਆਉਂਦਾ ਹੈ। ਸੈਨ ਖਾਨ ਆਪਣੇ ਮਿਆਨ 'ਚੋਂ ਤਲਵਾਰ ਕੱਢ ਕੇ ਗੁਰੂ ਸਾਹਿਬ 'ਤੇ ਪਹਿਲਾ ਵਾਰ ਕਰਨ ਲੱਗਦਾ ਹੈ। ਹੁਣ ਜਿਹੜੇ ਵੀਰ ਗੱਤਕਾ ਖੇਡਦੇ ਨੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਵਾਰ ਹਮੇਸ਼ਾ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੀਤਾ ਜਾਂਦਾ ਹੈ, ਨਾ ਕਿ ਹਥਿਆਰ ਵੱਲ ਦੇਖ ਕੇ। ਉਹ ਜਿਵੇਂ ਹੀ ਗੁਰੂ ਸਾਹਿਬ ਦੀਆਂ ਨਜ਼ਰਾਂ ਨਾਲ ਨਜ਼ਰ ਮਿਲਾਉਂਦਾ ਹੈ ਤਾਂ ਬੀਬੀ ਨਸੀਰਾ ਦੀਆਂ ਕੀਤੀਆਂ ਅਰਦਾਸਾਂ ਸਦਕਾ ਗੁਰੂ ਸਾਹਿਬ ਦੀ ਇੱਕ ਨਜ਼ਰ ਨਾਲ ਹੀ ਸੈਨ ਖਾਨ ਨਿਹਾਲ ਹੋ ਜਾਂਦਾ ਹੈ। ਉਸਦੇ ਹੱਥੋਂ ਤਲਵਾਰ ਛੁੱਟ ਜਾਂਦੀ ਹੈ। ਔਰੰਗਜ਼ੇਬ ਦੇ ਦਿੱਤੇ ਹੁਕਮ, ਉਸਦੇ ਦਰਬਾਰ ਵਿੱਚ ਕੀਤੇ ਹੋਏ ਫੈਸਲੇ ਸਾਰੇ ਭੁੱਲ ਜਾਂਦੇ ਹਨ ਉਸਨੂੰ ਅਤੇ ਉਹ ਘੋੜੇ ਤੋਂ ਉੱਤਰ ਕੇ ਗੁਰੂ ਸਾਹਿਬ ਦੇ ਪੈਰੀ ਪੈ ਜਾਂਦਾ ਹੈ ਅਤੇ ਗੁਰੂ ਸਾਹਿਬ ਕੋਲੋਂ ਮਾਫ਼ੀਆ ਮੰਗਣ ਲੱਗਦਾ ਹੈ ਕਿ ਮੈਂ ਆਪ ਜੀ ਦੀ ਸਮਰੱਥਾ ਨੂੰ ਨਹੀਂ ਸਮਝ ਸਕਿਆ, ਗੁਰੂ ਸਾਹਿਬ ਆਪ ਜੀ ਮੈਨੂੰ ਬਖਸ਼ ਲਓ, ਮੈਨੂੰ ਸੋਝੀ ਬਖਸ਼ੋ, ਮੈਨੂੰ ਸਿੱਧੇ ਰਾਹ ਪਾਓ, ਤਾਂ ਗੁਰੂ ਸਾਹਿਬ ਉਸਨੂੰ ਮੋਢਿਆਂ ਤੋਂ ਚੁੱਕ ਕੇ ਆਪਣੇ ਗਲ ਨਾਲ ਲਾ ਲੈਂਦੇ ਹਨ। ਇਸ ਤੋਂ ਬਾਅਦ ਸੈਨ ਖਾਂ, ਯਾਰ ਬਾਈ ਦੀ ਗੱਲ ਸੁਣਨ ਦਾ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਹੈ ਨਾ, ਇੱਕ ਤਾਂ ਆਪਾਂ ਇਤਿਹਾਸ ਸੁਣ ਰਹੇ ਹਾਂ, ਦੂਜਾ ਉਹ ਚੀਜ਼ ਨੂੰ ਫੀਲ। ਮੇਰੀ ਆਵਾਜ਼ ਦੇਖ ਲਓ, ਅੱਗੇ ਮੈਂ ਤੇਜ਼ ਬੋਲਦਾ ਨਾ ਥੋੜ੍ਹਾ, ਮੈਂ ਖੁਦ ਸਲੋ ਬੋਲ ਰਿਹਾ। ਮੈਂ ਉਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਖੁੱਬ ਕੇ ਸੁਣਦਿਆਂ ਉਹ ਵੀਡੀਓ, ਤੁਸੀਂ ਵੀ ਇਹ ਚੀਜ਼ ਮਹਿਸੂਸ ਕਰੋ। ਮੈਂ ਲਿਟਰਲੀ ਉਦੋਂ ਦਾ ਫੋਨ ਵੱਲ ਨਹੀਂ ਦੇਖਿਆ, ਮੈਂ ਉਹ ਵੀਡੀਓ ਵੱਲ ਹੀ ਦੇਖ ਰਿਹਾ ਵਾਂ। ਮਤਲਬ ਸੀਰੀਅਸਲੀ ਬਹੁਤ ਬਾਈ ਘੈਂਟ ਗੱਲ ਕਰਦਾ ਵਾ ਅਤੇ ਬਹੁਤ ਸੋਹਣੀ ਚੀਜ਼, ਬਹੁਤ ਸੋਹਣੇ ਤਰੀਕੇ ਨਾਲ ਇਤਿਹਾਸ ਦੱਸਦਾ ਵਾ। ਇੱਦਾਂ ਦੀ ਵੀਡੀਓ ਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਅਤੇ ਲੋਕਾਂ ਦੇ ਵਿੱਚ ਸ਼ੇਅਰ ਕਰਨੀ ਚਾਹੀਦੀ। ਵੀਡੀਓ ਸ਼ੇਅਰ ਜ਼ਰੂਰ ਕਰਿਓ। ਗੁਰੂ ਘਰ ਦਾ ਸ਼ਰਧਾਲੂ ਬਣਦਾ ਅਤੇ ਆਪਣੇ ਆਖਰੀ ਸਮੇਂ ਤੱਕ ਨੰਦੇੜ ਸਾਹਿਬ ਤੱਕ ਗੁਰੂ ਸਾਹਿਬ ਦੇ ਨਾਲ ਹੀ ਰਹਿੰਦਾ। ਸੈਨ ਖਾਨ ਤੋਂ ਇਲਾਵਾ ਔਰੰਗਜ਼ੇਬ ਨੇ ਆਪਣੇ 1-2 ਜਰਨੈਲ ਹੋਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜੇ, ਜਿਹਨਾਂ ਵਿੱਚ ਪੈਂਦੇ ਖਾਂ ਇੱਕ ਸੀ। ਪੈਂਦੇ ਖਾਂ ਉਹ ਸੀ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਲੋਹੇ ਨਾਲ ਮੜਿਆ ਹੋਇਆ ਸੀ, ਇਹ ਆਪਾਂ ਦੇਖਿਆ ਉਹਦੇ ਮੈਦਾਨ 'ਚ ਲਲਕਾਰ ਰਿਹਾ ਸੀ ਮੂਵੀ ਦੇ ਵਿੱਚ। ਉਸਨੇ ਗੱਲ ਸੁਣਨ ਵਾਸਤੇ ਕੰਨ ਦੇ ਕੋਲ ਇੱਕ ਛੋਟੀ ਜਿਹੀ ਮੋਰੀ ਛੱਡੀ ਹੋਈ ਸੀ। ਗੁਰੂ ਸਾਹਿਬ ਨੇ ਉਸ ਮੋਰੀ ਵਿੱਚ ਤੀਰ ਮਾਰ ਕੇ ਪੈਂਦੇ ਖਾਂ ਨੂੰ ਗੱਡੀ ਚਾੜ ਦਿੱਤਾ ਸੀ, ਜਿਸ ਨੂੰ ਤੁਸੀਂ 4 ਸਾਹਿਬਜ਼ਾਦੇ ਮੂਵੀ ਵਿੱਚ ਵੀ ਦੇਖਿਆ ਹੋਊਗਾ। ਇੰਝ ਵਾਰ ਵਾਰ ਹੋ ਰਹੀਆਂ ਹਾਰਾਂ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਫੜਨ ਵਾਸਤੇ ਅਤੇ ਅਨੰਦਪੁਰ ਸਾਹਿਬ ਨੂੰ ਜਿੱਤਣ ਵਾਸਤੇ ਜਿਹੜੀ ਸਕੀਮ ਬਣਾਈ ਉਸਦੇ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ। ਉਸਨੇ ਲਾਹੌਰ ਤੋਂ ਜ਼ਬਰਦਸਤ ਖਾਂ ਨੂੰ, ਸਰਹੰਦ ਤੋਂ ਵਜ਼ੀਰ ਖਾਂ ਨੂੰ, ਬਾਈਧਾਰ ਦੇ ਰਾਜਿਆਂ ਨੂੰ, ਕਾਂਗੜ ਤੋਂ ਘੁਮੰਦ ਖਾਂ ਨੂੰ ਅਤੇ ਸ਼੍ਰੀਨਗਰ ਦੇ ਰਾਜਿਆਂ ਨੂੰ ਸਭ ਨੂੰ ਇਕੱਠਾ ਕਰਕੇ ਲੱਖਾਂ ਦੀ ਫੌਜ ਇਕੱਠੀ ਕਰ ਲਈ। ਇਸ ਤਰ੍ਹਾਂ ਔਰੰਗਜ਼ੇਬ ਨੇ ਸਭ ਨੂੰ ਇਕੱਠਾ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੀ ਜੁਗਤ ਬਣਾ ਲਈ ਅਤੇ ਇਸ ਜੁਗਤ ਦੇ ਚੱਲਦਿਆਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ। ਹੁਣ ਜਦੋਂ ਕਿਸੇ ਕਿਲੇ ਨੂੰ ਜਾਂ ਨਗਰ ਨੂੰ ਘੇਰਾ ਪਾਇਆ ਜਾਂਦਾ ਤਾਂ ਉਸਨੂੰ ਜਿੱਤਣ ਦੇ 2 ਤਰੀਕੇ ਹੁੰਦੇ ਨੇ, ਇੱਕ ਤਾਂ ਸਿੱਧਾ ਸਿੱਧਾ ਹਮਲਾ ਕਰਕੇ ਉਸਨੂੰ ਜਿੱਤਿਆ ਜਾਵੇ ਜਾਂ ਦੂਜਾ ਧੋਖੇ ਨਾਲ। ਮੁਗਲ ਫੌਜਾਂ ਅਤੇ ਹਿੰਦੂ ਫੌਜਾਂ ਦੋਵਾਂ ਨੇ ਰਲ ਕੇ ਸਿੱਧੇ ਤੌਰ 'ਤੇ ਕਿਲੇ ਨੂੰ ਜਿੱਤਣ ਦੀ ਬਹੁਤ ਕੋਸ਼ਿਸ਼ ਕੀਤੀ, ਬਹੁਤ ਵਾਰ ਹਮਲੇ ਕੀਤੇ ਗਏ ਕਿਲੇ ਉੱਪਰ, ਜਿਨ੍ਹਾਂ ਵਿੱਚੋਂ ਇੱਕ ਉਹ ਵੀ ਮੁੱਖ ਹੈ ਜਦੋਂ ਰਾਜਾ ਅਜਮੇਰ ਸਿੰਘ ਇੱਕ ਸ਼ਰਾਬੀ ਹਾਥੀ ਨੂੰ ਸ਼ਰਾਬ ਪਿਆ ਕੇ ਕਿਲੇ ਦਾ ਬੂਹਾ ਤੋੜਨ ਵਾਸਤੇ ਭੇਜ
मैं आप सब ने एक बेनती करूँगा कि अपनी सुरत नूं दूर पहाड़ियों च उचाई ते वसे नगर श्री आनंदपुर साहब लैके जाइए, उस समय च लैके जाइए जदों किले नूं घेरा पिया होया सी। अज किले नूं घेरा पिया पूरे 7 महीने हो चुके हैं। हुण सोच के देखो कि इन्हां 7 महीनों विच इन्ना वड्डा घेरा, तो इन्हां 7 महीनों च की कुछ नहीं होया होगा। किन्ने सिंह सिंगड़ियां शहीद होए होणगे, किन्ने उन्हां दे घोड़े शहीद होए होणगे, ते बाहर जिहड़ी फौज किले नूं घेरा पा के बैठी सी उहदी गिणती दा तां कोई अंदाजा ही नहीं लाया जा सकदा। वैसे भी किसी भी इतिहासिक स्रोत दे विच फौज की किन्नी गिणती सी उस वेले जो किले नूं घेरा पा के बैठी सी, इहदा कोई प्रतख स्रोत नहीं मिलदा। पर फिर भी तवारीख गुरु खालसा ग्रंथ विच ज्ञानी ज्ञान सिंह जी लिखदे आ कि जेकर मोटा मोटा हिसाब भी लाया जाए कि फौज की गिणती किन्नी सी, तां हिसाब लाओ कि फौज इन्नी गिणती विच सी कि जेकर फौज का हरेक सिपाही अपनी मुट्ठी दे विच मिट्टी भर के आनंदपुर साहब वालों सुट्टे तां पूरे आनंदपुर साहब नूं किले समेत मिट्टी नाल पूरिया जा सकदा सी। इन्नी गिणती की फौज सी उस समय। उत्थे राशन खत्म हो जाण तों बाद सिंघां ने किले दे अंदर मुट्ठी मुट्ठी भर छोले खा के अपना गुजारा किया। हुण जदों छोले खत्म हो गए तां फिर सिंघां ने किले दे अंदर रह के पत्ते खाने शुरू कर दित्ते। फिर जदों पत्ते भी खत्म हो जाते हैं तां सिंघ रुखां दीआं छिलड़ां नूं पी के उन्हां नूं खाना शुरू कर देंदे आ। ये हालात हो जाते हैं। हालात इदा कि किले के अंदर जिदा भुख मरी फैल गई होवे, तो भुख ही नहीं सगों किले के अंदर तो पानी भी खत्म हो गया, तो सिंह पानी की बूंद बूंद नूं तरस रहे। महिमा प्रकाश ग्रंथ में जिक्र आता कि 4 सिंह पानी को जावे, 2 जूझे 2 पानी लियावे, भाव कि पानी लैन वास्ते 4 सिंह किले चो बाहर जाते हैं, 2 लड़के शहीद हो जाते हैं तो 2 पानी लैके किले च वापस आते हैं। किले के अंदर फैल चुकी भुखमरी कारण सिर्फ सिंह ही नहीं सगों उन्होंने जानवर भी मरन लग पे सन। राजा रतन राय ने गुरु साहब ने एक प्रसादी हाथी भेट किया। खासियत यह कि सुंड तो लैके पूछ तक ना एक चिट्टी लैन बनी हुई सी। इहो जिहे बेशकीमती प्रसादी हाथी पूरे संसार में उस समय सिर्फ 2-4 ही सी, तो भुख के कारण यह हाथी भी मारिया जा चुका सी। सो ये तो सन किले के अंदर के हालात। तो किले के बाहर का की, किले के बाहर जो घेरा पा के खलोते सन जिहड़ियां फौजां जिहड़े पहाड़ी राजे किले के बाहर सन, वो भी हुण अक चुके सन क्योंकि घेरा 7 महीने का हो चुका सी। इन्ने लंबे घेरे तो बाद हुण वो सब भी इस चीज़ तो छुटकारा चाहते सन। जिवें कि मैं तुहानूं वीडियो च पहलां दस्या कि किसी भी शहर का घेरा करके या किले का घेरा करके उसनूं जित्तण दे 2 तरीके हुंदे हन, जां तां उसदे उपर सीधा हमला करो ते जां फिर धोखे नाल। 7 महीनों तो इन्हां ने सीधे हमले करके देख ले पर कोई भी सफलता नहीं सी मिल रही। इस तों बाद हुण इन्हां ने चाल चली धोखा देना चाहिया जिस दे विच ये सारे बहुत माहर सन। हुण पहाड़ी अच्छा राजा ने एक चाल चली, उन्होंने आटे की एक गां बना के पंडित परमानंद नूं दे के किले के अंदर भेजा। पंडित परमानंद किले के अंदर जाके गुरु साहब नूं कहिंदा कि पहाड़ी राजे इस गऊ माता की सहुं खा के कहिंदे ने कि जेकर तुसीं किले नूं खाली करके आनंदपुर साहब नूं छड्ड के हिंदुस्तान के किसी भी इलाके विच चले जाओ तो तुहानूं तंग परेशान नहीं किया जाएगा, तो तुहाडे नाल कोई वैर विरोध भी नहीं रखा जाएगा। सिख गुरु साहब नूं कहन लगे कि गुरु साहब हुण तां इह सहुं खा रहे ने ते क्यों ना आपां आनंदपुर साहब नूं छड्ड दईए। तां गुरु साहब कहन लगे कि मैनूं इन्हां दीआं सहुआं उपर भोरा भी यकीन नहीं, जे तुसीं कहो तो मैं इन्हां दी मकारी तुहानूं साबित भी कर सकदा। इस तों बाद गुरु साहब ने पंडित परमानंद दे हत्थ वापस एक सुनेहा भेजा कि असीं रात नूं किला खाली करके आनंदपुर साहब नूं छड्ड देंगे। किले दे अंदर जिन्ना भी फालतू समान सी, जिन्ना भी कबाड़ सी, घोड़ियां दी लिद आदि सब नूं इकट्ठा करके गड्डियां दे उपर लद दित्ता गया। मशालां जगा के इन्हां गड्डियां दे नाल बन्ह दित्तियां गईयां। रात नूं आनंदपुर साहब दे दरवाजे खोल दित्ते गए ते किले विच्चों इन्हां गड्डियां नूं बाहर वल्लों तोरिया गया। ये गड्ढे अजे किले तो थोड़ी दूर गए सन कि फौजां ने इन्हां गड्डियां दे उपर हमला कर दिता। इन्हां गड्डियां उपर हमला करन तो बाद जदों फौजां दे हत्थ कबाड़ कूड़ा करकट ते घोड़ियां दी लिद लगदी है तां सारे शर्मसार हो जांदे हन। पहाड़ी राजां दी इह चाल नाकाम होण तो बाद हुण अगली चाल मुगलां ने चलण दी सोची। औरंगजेब ने एक कुरान उपर एक झूठी कसम लिख के काजी वली हसन दे हत्थ किले दे अंदर भेजी। एक काजी सैयद वली हसन उसे सैयद जलालुद्दीन दा भतीजा आ जिन्हें गुरु तेग बहादुर साहब नूं दिल्ली चांदनी चौंक विखे शहीद किया। हुण जदों इह काजी कुरान लैके किले दे अंदर जांदा आ तां इस कुरान दे विच की लिखिआ हुंदा औरंगजेब ने, गुरु गोबिंद सिंह जी तुसीं आनंदपुर नूं छड्ड के दीने कांगड़ विखे तशरीफ लैके आओ, उत्थे मैं तुहाडे नाल आप मुलाकात करनी चाहुंदा। ये पढ़न तो बाद गुरु गोबिंद सिंह जी सिखां नूं हुक्म करदे हन कि असीं किले नूं खाली करना है, सारा लोड़ींदा इक जगह इकट्ठा कर लो ते किला खाली करके असीं आनंदपुर साहब नूं छड्डणा है। हुण इत्थे ना कुछ विद्वान लिखदे आ कि औरंगजेब ने गुरु गोबिंद सिंह जी नूं धोखा दे दिता। जेकर गुरु गोबिंद सिंह जी औरंगजेब दे धोखे च ना आउंदे तां कदी भी परिवार विछोड़ा ना हुंदा, चमकौर दी जंग ना हुंदी, सरहद दीआं शहादतां ना हुंदियां। पर एक बार सोच के देखो, जो खुद खुदा सन गुरु गोबिंद सिंह जी, जिन्हां नूं पहाड़ी राजां दी झूठी सहुं दा पता लग गया, जिन्हां नूं पता लग गया कि पहाड़ी राजां ने धोखा करना, कि उन्हां नूं औरंगजेब दे धोखे दा पता नहीं लगा होगा? बिल्कुल लगा होगा।
पर फिर भी गुरु साहब ने आनंदपुर साहब नू छड्डण दा फैसला लिया तां जो धर्म दे पिछे लुके इन्हां दे मकारी वाले चेहरे दा पता लग सके। नहीं तां अज इतिहास कुछ होर होना सी, इन्हां ने इतिहास विच सच्चे बन जाना सी कि असीं तां कसमां खाधियां सी बस गुरु साहब ही नहीं मन्ने। इसे लई गुरु साहब ने यह फैसला लिया तां जो लोकां सामने इन्हां दे असली चेहरे आ सकण। इस तों बाद अगे चल के जदों गुरु साहब कौम नू 52 हुक्म दिंदे ने तां इन्हां 52 हुक्मां दे विच गुरु साहब ने यह भी कहा सी कि कदी भी सौं खाण वाले बंदे उपर यकीन नहीं करना। खैर यह तां सी गुरु गोबिंद सिंह जी वल्लों श्री आनंदपुर साहब के किले नू छड्डण दा इतिहास। हुण अगली वीडियो च आपां गल करांगे कि किवें सरसा दी नदी ते जंग हुंदी है ते उस समय उन्हां दीआं जंग नीतियां की सन, किवें भाई बचित्र सिंह जी दी शहीदी हुंदी है, किवें 500 सिंघां दी फौज ने लखां दी फौज दा मुकाबला कीता सी। उदों तक जेकर तुहानूं इह वीडियो वधिया लगी तां इसनूं इक वार जरूर शेयर करियो ते कमेंट करके जरूर दस्सियो ते इहो जिहियां होर इतिहास। यार सच्ची बहुत प्यारी बाई ने वीडियो बनाई ते बहुत प्यारियां गल्लां कीतियां वीडियो विच, ना कि एक कल्ला टाइम पास कीता। वीडियो विच जो बाई ने इतिहास दस्या या जो इतिहास बारे आपां नूं जाणू कराया बाई ने, बहुत प्यारा इतिहास सी। उह चीज़ नूं सुणन च पूरा एक मतलब माइंड लगा होया सी, ए नहीं सी कि बोर हो रहा सी वीडियो देख के या बासियां आ रही सी, इदां कुछ नहीं सी। मतलब वीडियो नूं देख के पूरा लिटरली वीडियो वाला ध्यान सी, कोई गल करन नूं भी जी नहीं करन दिया सी वीडियो देखते हुए। बहुत प्यारी वीडियो लगी मैनूं, बहुत सोहना इतिहास बाई ने दस्सिया। बाकी आपां बाई दी जिहड़ियां लेटेस्ट वीडियो हुंदियां वा मतलब 21 तरीक तो लैके 28 29 तरीक तक, उत्ते आपां रिएक्शन करते रहेंगे। जो तुसीं प्यार दवोगे, सपोर्ट करते रहो, वीडियो नूं शेयर करते रहो, लोगों इतिहास का पता लग सके। बाकी मिलते हैं जल्दी नैक्सट वीडियो। सत श्री अकाल।